ਗੁਰਜਾਨ ਸਿੰਘ ਬੁੱਧ ਸਿੰਘ ਵਾਲਾ KLF ਦਾ ਚੀਫ ਸੀਗਾ ਜੀ ਤੇ ਇਹ ਬੁੱਧ ਸਿੰਘ ਵਾਲਾ ਪਿੰਡ ਜਿਹੜਾ ਹੈਗਾ ਇਹ ਫਰੀਦਕੋਟ ਜ਼ਿਲ੍ਹੇ ਜਦੋਂ ਹੁਣ ਮੋਗਾ ਜ਼ਿਲ੍ਹਾ ਬਣ ਗਿਆ ਉਦੋਂ ਮੋਗਾ ਜ਼ਿਲ੍ਹਾ ਨਹੀਂ ਸੀ ਬਣਿਆ ਉੱਥੋਂ ਦਾ ਰਹਿਣ ਵਾਲਾ ਸੀ ਉਸ ਤੋਂ ਬਾਅਦ ਮਿੱਤ ਸਿੰਘ SHO ਹੁੰਦਾ ਸੀਗਾ ਉਹ ਮਿੱਤ ਸਿੰਘ ਨੇ ਇਹਨੂੰ ਡੈਰੋਗੇਟ ਕੀਤਾ ਸੀ ਇਹਨਾਂ ਨੇ ਉਹ ਮਿੱਤ ਸਿੰਘ ਮਾਰਿਆ ਉੱਥੇ ਹੀ ਥਾਣੇ 'ਚ ਮਾਰ ਕੇ ਉੱਥੋਂ ਇਹ ਚਲਾ ਗਿਆ ਭੱਜ ਗਿਆ ਭੱਜਣ ਤੋਂ ਬਾਅਦ ਇਹਦੀਆਂ ਬਹੁਤ ਕਈ ਜਿਹੜੀਆਂ ਵਾਰਦਾਤਾਂ ਲੰਬੀਆਂ ਚੌੜੀਆਂ ਕੋਈ ਹਿਸਾਬ ਕਿਤਾਬ ਉਹਨਾਂ ਦਾ ਹੈ ਨਹੀਂ ਇੱਕ ਇਸ ਤੋਂ ਪਹਿਲਾਂ ਲਾਲ ਸਿੰਘ ਬੰਦ ਸਿੰਘ ਸੀਗਾ ਜਿਹੜਾ ਕਿ ਕਨਿਸ਼ਕਾ ਜਹਾਜ਼ ਦੇ ਵਿੱਚ ਉਹ ਬੰਬੇ 'ਚ ਬੰਦ ਸੀਗਾ ਅਤੇ IB ਦੇ ਬੰਦੇ ਜਿਹੜੇ ਉੱਥੇ ਗਏ ਸੀ ਉਹ ਲਾਲ ਸਿੰਘ ਨੂੰ ਇਸ ਘਰ 'ਚ ਇੱਥੇ ਪਿਲਕੇ ਗਿਆ ਸੀ ਪਖਵਾ ਰੋਡ 'ਤੇ ਉਹਨਾਂ ਨੇ ਜਦੋਂ ਉਹ ਤੋਂ ਸਾਰਾ ਪੁੱਛਿਆ ਤਾਂ ਖੁੱਲ੍ਹਿਆ ਉਹਨੇ ਦੱਸਿਆ ਵੀ ਇੱਦਾਂ ਇੱਦਾਂ ਮੈਂ ਉੱਥੇ ਉਹਨੂੰ ਉਹ ਜਦੋਂ ਲੁਧਿਆਣੇ ਆਏ ਆ ਕੇ ਉਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਆ ਹੈਗਾ ਨਕਸ਼ਾ ਇੱਥੇ ਉਹ ਰਹਿੰਦਾ ਅਤੇ ਚੋਟੋਪਾਧਿਆ ਸਾਹਿਬ SSP ਸੀਗੇ ਫੋਰਸ ਇਕੱਠੀ ਕਰਕੇ ਪੱਖੋਵਾ ਰੋਡ 'ਤੇ ਇਹ ਚਲੇ ਗਏ ਸੂਬੇਦਾਰ ਕੌਰ ਸਿੰਘ ਜਿਹੜਾ ਫੌਜੀ ਉਹਦਾ ਘਰ ਸੀ ਉਹਦੀਆਂ 3 ਲੜਕੀਆਂ ਸੀ ਇੱਕ ਉਹਦਾ ਲੜਕਾ ਸੀ ਲੜਕਾ ਜਿਹੜਾ ਸੀਗਾ ਉਹ ਮੈਰਿਡ ਸੀਗਾ ਬਨੂੜ ਉਹਦੇ ਸਹੁਰੇ ਸੀ ਇਹਨਾਂ ਨੇ ਉਹਨੂੰ ਟਰੱਕ ਪਾ ਕੇ ਦੇ ਤਾ ਮੁੰਡੇ ਨੂੰ ਕਹਿੰਦੇ ਵੀ ਤੂੰ ਬਨੂੜ ਹੈ ਤੂੰ ਇੱਥੇ ਨਹੀਂ ਆਉਣਾ ਔਰ ਉਹ 3 ਕੁੜੀਆਂ ਜਿਹੜੀਆਂ ਉਹ ਉਹਨਾਂ ਦੇ ਨਾਲ ਗੁਰਜਾਨ ਸਿੰਘ ਉੱਥੇ ਰਹਿੰਦਾ ਸੀ ਉਹ ਗੱਡੀ ਵੀ ਡਰਾਈਵ ਕਰਦੀਆਂ ਸੀ ਇਹ ਵਿੱਚ ਬੈਠ ਜਾਂਦਾ ਸੀ ਜਦੋਂ ਉੱਥੇ ਗਏ ਉਹਨੇ ਉੱਤੋਂ ਕੋਠੇ ਤੋਂ ਦੇਖਿਆ ਵੀ ਫੋਰਸ ਆ ਗਈ ਉਹਨੂੰ ਸ਼ੱਕ ਪਿਆ ਵੀ ਮੈਨੂੰ ਘੇਰਾ ਪਿਆ ਉਹਨੇ ਕੋਠੇ ਤੋਂ ਹੀ ਕਿੱਟ ਚੱਕੀ ਚੱਕ ਕੇ ਆਇਆ ਜਿਵੇਂ ਆਪਾਂ ਗ੍ਰਨੇਡ 'ਚ ਪਿੰਨ ਕੱਢਦੇ ਹਾਂ ਕੱਢ ਕੇ ਥੱਲੇ ਜਿਪਸੀ 'ਚ ਮਾਰੀ ਉੱਥੇ ਰੌਲਾ ਪੈ ਗਿਆ ਗ੍ਰਨੇਡ ਆ ਗਿਆ ਗ੍ਰਨੇਡ ਆ ਗਿਆ ਬਟ ਸੀਗੀ ਹਿੱਟ 5-7 ਮਿੰਟ 'ਚ ਇਹਨੇ ਕੋਠੇ ਤੋਂ ਥੱਲੇ ਛਾਲ ਮਾਰਤੀ ਕੱਛੇ ਬਰੈਂਚ 'ਚੋਂ ਸੀਗਾ ਜਦੋਂ ਛਾਲ ਮਾਰਤੀ ਤਾਂ KSI CIA ਦਾ ਉਹਨੇ ਇਹਦੇ ਬ੍ਰਸ਼ਟ ਮਾਰਤਾ ਬ੍ਰਸ਼ਟ ਮਾਰਨ ਨਾਲ ਹੀ ਮਰ ਗਿਆ ਸਾਰਿਆਂ 'ਚ ਭਗਦੜ ਮੱਚ ਗਈ ਉਹਦੀ ਪੱਗ ਲਾ ਕੇ ਉਹਦੀਆਂ ਮਾਵਾਂ ਬੰਨ੍ਹਦੀਆਂ ਪਿੱਛੇ SI ਦੀਆਂ ਕਹਿੰਦੇ ਪਬਲਿਕ ਬੈਨ ਮਾਰਤਾ ਇਹਨੇ ਅੱਧਾ ਘੰਟਾ ਰੌਲਾ ਰੱਪਾ ਪੈ ਗਿਆ ਅੱਧੇ ਘੰਟੇ ਬਾਅਦ ਉੱਥੋਂ ਲੁਗਰੀ ਤੋਂ ਬੰਦਾ ਲਿਆਂਦਾ ਕੱਢ ਕੇ ਉਹਨੇ ਪਛਾਣਿਆ ਇਹਨੂੰ ਦੱਸਿਆ ਵੀ ਇਹ ਤਾਂ ਬੋਧ ਸਿੰਘ ਵਾਲਾ ਬਸ ਫਿਰ ਉੱਥੇ ਗੱਲ ਦੂਜੇ ਪਾਸੇ ਬਦਲ ਗਈ ਉਹਨੂੰ ਜੱਫੀਆਂ ਪਾਉਣ ਲੱਗ ਗਏ ਥਾਣੇਦਾਰ ਨੂੰ ਇਹ ਹੋ ਗਿਆ ਇਹ ਹੋ ਗਿਆ ਚਲੋ ਜੀ ਉਹਦੀ ਉੱਥੇ ਜਿਹੜਾ ਸੀ ਅੰਤ ਹੋ ਗਿਆ ਇਸ ਹਿਸਾਬ ਨਾਲ ਜਿਹੜਾ ਉਹਦੀ ਕੋਈ ਪੁੱਛ ਗਿੱਛ ਨਹੀਂ ਹੋਈ ਕੋਈ ਫੜਿਆ ਨਹੀਂ ਗਿਆ ਕੋਈ ਇੰਟਰੋਗੇਸ਼ਨ ਨਹੀਂ ਹੋਈ ਸਿੱਧਾ ਗੋਲੀ ਵੱਜਣ ਨਾਲ ਉਹਦੀ ਮੌਤ ਇਹ ਜਿਹੜੇ ਮੇਨ ਸੀਗੇ ਇੱਕ ਮਨਜਿੰਦਰ ਈਸੀ ਸੀ ਇੱਕ ਰਜਿੰਦਰ ਚੋਡਾ ਸੀ ਮਨੋਹਰ ਧੀਰਾ ਭਾਈਕੇਵਾੜੇ ਦਾ ਸੀ ਜਦੋਂ ਗੁਰਜੰਟ ਮਰਿਆ ਤਾਂ ਮੇਨ ਇਹਨਾਂ ਦੇ ਵਿੱਚ ਕੀਪਾ ਸ਼ੇਖੂਪੁਰੀਆ ਸੀਗਾ ਸ਼ੇਖੂਪੁਰਾ ਪਿੰਡ ਜਿਹੜਾ ਜਗਨੌਰ 'ਚ ਪੈਂਦਾ ਅਤੇ ਉਹ ਫਿਰ ਕੀਪਾ ਸ਼ੇਖੂਪੁਰਾ ਜਿਹੜਾ ਉਹ ਮਾਰਿਆ ਗਿਆ ਸੀ ਬਾਹਰ ਬੰਸੂਰੀ ਸੈਨਿਟ ਖਾ ਗਿਆ ਸੀ ਉਹਦੇ ਮਰਨ ਤੋਂ ਬਾਅਦ ਆਸਤਾ ਆਸਤਾ ਮਨੋਹਰ ਧੀਰਾ ਮਰਿਆ ਫਿਰ ਇਹ ਫੜ ਲਿਆ ਸੀ ਮੈਂ ਚੋਡਾ ਫੜ ਕੇ ਛੱਡਿਆ ਸੀਗਾ ਮਨੋਹਰ ਧੀਰੇ ਤੋਂ ਬਾਅਦ ਚੋਡਾ ਮਰ ਗਿਆ ਉਸ ਤੋਂ ਬਾਅਦ ਇਹਨਾਂ ਦਾ ਆਸਤਾ ਆਸਤਾ ਜਿਹੜਾ KLF ਦਾ ਅੰਤ ਹੋ ਗਿਆ